دوارے کردے سنتاں دے پیارے دکھ مٹ جاندے سارے بہ کے سنتاں دے کول تے گلوں تھمیاں دندے سنتاں دے بول ساسنگ جی اگر پھر میرے کچھ بیڑا بولو حکم ہے کہ سنتاں دے بول کو پھر سنایا جاوے تو ساسنگ دے حال رہے Yeah.
ਕੇ ਸੰਤਾਂ ਦੇ ਦੁਆਲੇ ਸਾਡੇ ਸੰਤਾਂ ਦੇ ਪਿਆਰੇ ਦੁੱਖ ਦੁੱਖ ਮਿੱਟ ਜਾਂਦੇ ਸਾਰੇ ਬਹਿ ਕੇ ਸੰਤਾਂ ਦੇ ਕੋਲ ਸੰਤਾਂ ਨੇ ਸਾਨੂੰ ਆਪ ਹੀ ਜਪਿਆ ਜਿਵੇਂ ਵੀ ਨਾਮ ਚ ਪਾਇਆ ਤੇ ਸੰਗਤ ਜਿਹੜੀ ਹੈ ਸਗੋਂ ਦਾਸ ਹੋਇਆ ਪਦ ਪੁਕਾਰਾ ਕਰਕੇ ਕਰੀ ਆਓ ਹੋਇਆ ਪ੍ਰਭੂ ਭੇਸ ਬਦਲ ਕੇ ਆਇਆ ਨੀ ਗਿਆ ਪੰਛੀ ਦੇ ਵਿੱਚ ਲਾਇਆ ਨੀ ਮੀਰਾ ਦੀ ਮਾਂ ਮੀਰਾ ਨੂੰ ਕੁਛ ਮੱਤਾ ਦਿੰਦੀ ਹੈ ਮੀਰਾ ਬੜੇ ਤਕੜੇ ਅਮੀਰ ਘਰ ਦੀ ਸੀ ਗੁਰੂ ਗ੍ਰੰਥ ਸਾਹਿਬ ਗੁਰੂ ਧਾਰਿਆ ਤੇ ਮਾਂ ਨੂੰ ਚੰਗਾ ਨਹੀਂ ਲੱਗਿਆ ਤੇ ਦੋ ਗੱਲਾਂ ਮਾਂ ਨਾਲ ਕੀ ਕਰਨੀ ਹੋਰ ਹੋਏ ਮੀਰਾ ਆਪਣੀ ਮਾਂ ਨੇ ਦੋ ਗੱਲਾਂ ਕਰਦੀ ਕਹਿੰਦੀ ਮੇਰਾ ਮੋਹ
ਬੇਅੰਤ ਮਾਇਆ ਦਾਸ ਹੋਈ ਇੱਥੇ ਸਾਰੇ ਜਿਸ ਵੱਲੋਂ 50 ਰੁਪਏ ਨਰਮਾ ਲੇਵਲ ਨੂੰ 600 ਰੁਪਇਆ ਸੁਨਾਮ ਸਿੰਘ ਜੀ 50 ਰੁਪਏ ਮਨਦੀਪ ਸਿੰਘ ਜੀ 100 ਰੁਪਇਆ ਰਵੀ ਦੀ ਰਾਜਾ ਨਾਲ 100 ਰੁਪਇਆ ਪਰਮਜੀਤ ਸਿੰਘ ਮਾਨਕੋਵਾਲਾ 500 ਰੁਪਇਆ ਬਿੱਲਾ ਜੀ 100 ਰੁਪਇਆ ਮਦਨ ਲਾਲ ਜੀ 500 ਰੁਪਏ ਦਰਮਾਲਾ ਆ ਫੌਜੀ ਰਾਮ ਸਿੰਘ ਜੀ 1100 ਰੁਪਇਆ ਸੁਨਾਮ ਸਿੰਘ ਜੀ 50 ਰੁਪਏ ਸੰਤੋਖ ਰਾਮ ਜੀ 100 ਰੁਪਇਆ ਧਾਮੀ ਜੀ 50 ਰੁਪਏ ਪ੍ਰਦਾਸ ਸਿੰਘ ਦੇ ਨਾਂ ਦੇ ਉੱਤੇ ਗੁਰਬਖਸ਼ ਸਿੰਘ ਨਾਲ 100 ਰੁਪਇਆ ਤੇ ਬਲਵਿੰਦਰ ਸਿੰਘ ਆਪਣੇ ਦੋਹਤੇ ਦੇ ਨਾਮ ਬਲਵੀਰ ਸਿੰਘ ਆਪਣੇ ਘਰ ਜਿਹੜਾ ਉਹ ਆਪਣੇ ਦੋਹਤੇ ਦੇ ਨਾਂ ਦੇ 500 ਰੁਪਇਆ ਦੇ ਗਈ ਉਹਨਾਂ ਦੇ ਘਰ ਵਿੱਚ ਗਈ ਆ ਤੇ ਸਰਬਨ ਸਿੰਘ ਜੀ 100 ਰੁਪਇਆ ਤੇ ਇੱਕ ਲੜਕੀ ਆ ਸਾਡੇ ਪਾਸ ਸਾਡੀ ਛੋਟੀ ਬੱਚੀ ਸੁਖਰਾਮ ਦੀ ਪੋਤੀ ਆ ਤੇ ਜਸਵੀਰ ਸਿੰਘ ਦੀ ਲੜਕੀ ਆ ਇਹ ਇਸੇ 5 ਮਿੰਟ ਵਾਸਤੇ ਕਾਫੀ ਰਚਨਾ ਪੇਸ਼ ਕਰਨਗੇ ਅੱਲਾ ਬੇਟਾ ਕਿੱਥੇ ਮੇਰੇ ਸਤਿਗੁਰ ਦੀ ਕਿੰਨੀ ਸੋਹਣੀ ਤੋਰ ਮੇਰੇ ਸਤਿਗੁਰ ਦੀ ਕਿੰਨੀ ਸੋਹਣੀ ਤੋਰ ਬਾਗਾ ਦੇ ਵਿੱਚ ਮੋਰ ਬੋਲਦੇ ਜੰਗਲੀ ਬੋਲਣ ਕਾ ਬਾਗਾ ਦੇ ਵਿੱਚ ਮੋਰ ਬੋਲਦੇ ਜੰਗਲੀ ਬੋਲਣ ਕਾ ਮੇਰੇ ਸਤਿਗੁਰ ਦੀ ਸਭ ਤੋਂ ਉੱਚੀ ਥਾਂ ਜੀ ਮੇਰੇ ਸਤਿਗੁਰ ਦੀ ਸਭ ਤੋਂ ਉੱਚੀ ਥਾਂ ਸਵੇਰੇ ਪੰਛੀ ਬੋਲਣ ਦਰਿਆ ਬੋਲੇ ਪਾਣੀ ਸੁਬਾ ਸਵੇਰੇ ਪੰਛੀ ਬੋਲਣ ਦਰਿਆ ਬੋਲੇ ਪਾਣੀ ਮੇਰੇ ਸਤਿਗੁਰੂ ਦੀ ਅੰਮ੍ਰਿਤ ਵਰਗੀ ਬਾਣੀ ਮੇਰੇ ਸਤਿਗੁਰੂ ਦੀ ਅੰਮ੍ਰਿਤ ਵਰਗੀ ਬਾਣੀ ਸੁਬਾ ਸਵੇਰੇ ਸ਼ਹਿਕਰ ਚਿੜੀਆਂ ਕਰਦੀਆਂ ਨੇ ਚੀ ਚੀ ਸੁਬਾ ਸਵੇਰੇ ਸ਼ਹਿਕਰ ਚਿੜੀਆਂ ਕਰਦੀਆਂ ਨੇ ਚੀ ਚੀ ਦਰਸ਼ਨ ਕਰ ਕਰਕੇ ਪਰਦਾ ਨਾ ਮੇਰਾ ਜੀ ਦਰਸ਼ਨ ਕਰ ਕਰਕੇ ਪਰਦਾ ਨਾ ਮੇਰਾ ਜੀ ਸੁਬਾ ਸਵੇਰੇ ਪੰਛੀ ਬੋਲਣ ਦਰਿਆ ਬੋਲੇ ਪਾਣੀ ਸੁਬਾ ਸਵੇਰੇ ਪੰਛੀ ਬੋਲਣ ਦਰਿਆ ਬੋਲੇ ਪਾਣੀ ਸਾਰੇ ਨਾਮ ਜਪੋ ਦਿਨ ਦਿਨ ਮੁਕਤੀ ਪਾਉਣੀ ਸਾਰੇ ਨਾਮ ਜਪੋ ਦਿਨ ਦਿਨ ਮੁਕਤੀ ਪਾਉਣੀ ਵਾਹਿਗੁਰੂ ਜੀ ਦਾ ਖਾਲਸਾ ਛੋਟੀ ਬੱਚੀ ਨੇ ਬੋਲਿਆ ਫੇਰ ਤੇ ਆ ਕੇ ਬੋਲਣਾ ਵਿਖਾਲਾ ਜੀ ਦਾ ਬੜਾ ਨੀਗਾ ਅੱਜ ਕੱਲ੍ਹ ਬੇਟਾ ਪੈਸਾ ਚੱਕਣਾ ਸਾਰੇ ਤੋ ਕਿੰਨਾ ਉਹਦਾ ਹੌਸਲਾ ਫੇਰ ਤੇ ਆ ਕੇ ਬੋਲੀ ਆ ਤੋ ਕੋਈ ਜੰਮਦੇ ਜਿਹੜੇ ਆ ਉਹ ਬੱਚੇ ਜਵਾਨ ਨਹੀਂ ਹੋ ਜਾਂਦੇ ਸਿੱਖਣ ਲੱਗ ਪੈਂਦੇ ਸਟੈਪ ਵਾਈਜ਼ ਸਟੈਪ ਜਾਣਾ ਪੈਂਦਾ ਤੋ ਬੱਚੇ ਧੰਨਵਾਦੀਆਂ ਸੱਚੇ ਪਾਤਸ਼ਾਹ ਨੂੰ ਹੋਰ ਹਿਕਮਤ ਬਖਸ਼ੀ ਲੋ ਹੁਣ ਆਪਣਾ ਜਿਹੜਾ ਬੁਲਾਇਆ ਇੱਥੋਂ ਉਹ ਚੱਕੀ ਦੇ ਆ ਸਭ ਨੇ ਚੱਲਣਾ ਤੇ ਲੰਗਰ ਚੱਕ ਕੇ ਜਾਣਾ ਕਿਸੇ ਨੇ ਘਰਾਂ ਨੂੰ ਜਾਣਾ ਹਾਲੇ ਕਿ ਮਾਂ ਆਪਣੇ ਪੁੱਤਰ ਦੇ ਬਾਰੇ ਸਾਰੇ ਕੀ ਕਹਿੰਦੀ ਹੈ ਗੌਰ ਕਰੋ ਸਾਰੀਆਂ ਹਨੇਰਾ
اشتركوا
ਸਰਵਾਸੀ ਜੀਵ ਸਿੰਘ ਦੀ ਘਰ ਵਾਲੀ ਦੀ ਲੜਕੀ ਨੇ ਦੋਸਰ ਪਦਾਰਥ ਕਹੀਆ ਹੋਰ ਗੁਪਤਾਨਾ ਦੇ ਸੱਚੇ ਪਾਤਸ਼ਾਹ ਸਾਡੇ ਕਾਜ ਰਾਜ ਕਰਨਾ ਨਦੀ ਨਾਮ ਸੰਜੋਗੀ ਮੇਲੇ ਜੈਸਾ ਬਾਲਕ ਭਾਇਸ ਪਾਇ ਲੱਖ ਫਰਾਦ ਕਮਾਵੇ ਕਰਪ ਦੇ ਝੜਕੇ ਬਾਤੇ ਬਹੁਤ ਪਿਤਾ ਕਾ ਲਾਵ